ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅਤੇ ਆਪਣੇ ਬਿਰਕ 570 ਨੇ, ਇਹਦਾ ਜਾਣਦੇ ਹੋਣਾ ਸਾਰੇ ਵੀ ਆਪਣੇ ਵੀ ਬੋਲਿਆ ਇਹ, ਅਤੇ ਇਹਨੇ ਵੀ ਦੂਜਾ ਨੰਬਰ ਚੱਕ ਲਿਆ ਬਈ ਅੱਜ, ਤਾਂ ਬਹੁਤ ਖੁਸ਼ੀ ਦੀ ਗੱਲ ਹੈ ਨਾ। ਅਤੇ ਦੋ ਜਿਹੜੇ ਬੁੱਲ ਪਾਏ ਸੀ ਆਪਾਂ, ਅਲੀ ਬੁੱਲ ਅਤੇ ਬਿਰਕ 570 ਬੁੱਲ, ਤਾਂ ਦੋਨਾਂ ਨੇ ਜਿਹੜਾ ਨੰਬਰ ਹੈ ਜਿਹੜਾ ਚੱਕਿਆ ਉਹ, ਠੀਕ ਹੈ, ਤਾਂ ਦੂਜਾ ਅਤੇ ਤੀਜਾ ਨੰਬਰ। ਅਤੇ ਪਹਿਲੇ ਬੁੱਲ 'ਤੇ ਜਿਹੜਾ ਨੂਰ ਬੁੱਲ ਰਿਹਾ ਨੀਲੀ ਰਾਵੀ ਦਾ, ਤਾਂ ਬਹੁਤ ਜ਼ਿਆਦਾ ਚੰਗਾ ਜਿਹੜਾ ਬੁੱਲ ਹੈ ਇਹ, ਹੈ ਨਾ, ਤਾਂ ਬਹੁਤ ਸੋਹਣਾ ਬੁੱਲ ਬਾਈ। ਬਾਕੀ ਬੱਚੇ ਬੁੱਚੇ ਇਹਦੇ ਆਏ ਹੋਏ ਹੈਗੇ ਹੈ ਨਾ, ਅਤੇ ਬਾਕੀ ਪੁੱਛਦੇ ਹਾਂ ਬਾਈ ਹਰਿੰਦਰ ਬਿਰਕ ਨੂੰ ਅਤੇ ਕੀ ਗੱਲਬਾਤ ਹੈ ਇਸਦੀ। ਅਤੇ ਸਤਿ ਸ਼੍ਰੀ ਅਕਾਲ ਬਾਈ ਹਰਿੰਦਰ, ਕੀ ਹਾਲ ਚਾਲ ਹੈ? ਠੀਕ ਹੈ। ਅਤੇ ਆਪਣਾ ਬਾਕੀ ਦਾ ਕੁਛ ਕੁ ਭਰਾ ਤਾਂ ਜਾਣਦੀ ਆ ਨਾ, ਕੋਈ ਦੱਸਣ ਦੀ ਆਪਾਂ ਨੂੰ ਬਹੁਤੀ ਹੋਣੀ ਹੈ, ਪਰ ਫਿਰ ਵੀ ਕਿਹੜਾ ਪਿੰਡ, ਜਿਹੜੇ ਭਰਾ ਨਵੇਂ ਜੁੜੇ ਆਪਣੇ ਨਾਲ? ਆਪਣਾ ਪਿੰਡ ਹੈ ਜੀ ਰਾਈਆਂਵਾਲਾ ਕਲਾਂ, ਜ਼ਿਲ੍ਹਾ ਫਰੀਦਕੋਟ। ਠੀਕ ਹੈ, ਠੀਕ ਹੈ। ਅਤੇ ਬਾਈ ਦਾ ਨਾਂ ਹੈ ਹਰਿੰਦਰ, ਅਤੇ ਬਿਰਕ ਡੈਰੀ ਫਾਰਮ ਬਾਈਆਂ ਦਾ ਮਸ਼ਹੂਰ ਹੈ ਨਾ, ਅਤੇ ਕਿੰਨੇ ਕੁ ਜਾਨਵਰ ਰੱਖੇ ਹੋਏ ਬਿਰਕ ਆਪਣੇ ਕੋਲ? ਹੈਗੇ ਆ ਬਈ 27-28 ਜਾਨਵਰ ਹੈਗੇ ਆ ਸਾਰੇ। ਅੱਛਾ, ਨੀਲੀ ਵੀ ਹੈ ਕਿ? ਨੀਲੀ ਵੀ, ਮੋਰਾ ਵੀ, ਦੋਨੋਂ ਹੈ ਜੀ। ਠੀਕ ਹੈ, ਠੀਕ ਹੈ। ਅਤੇ ਇਹ ਜਿਹੜਾ ਬੁੱਲ ਆਪਣਾ ਕੀ ਨਾਂ ਤੇ ਹੋਇਆ ਬਾਈ? ਇਹ ਬਾਈ ਬਿਰਕ 570 ਨਾਂ ਤੇ ਹੈ ਜੀ। ਠੀਕ ਹੈ। ਅਤੇ ਦੂਜਾ ਨੰਬਰ ਰਿਹਾ ਬਾਈ? ਹਾਂਜੀ ਹਾਂਜੀ, ਸੈਕਿੰਡ ਪਿਆ ਜੀ। ਠੀਕ ਹੈ, ਠੀਕ ਹੈ। ਅਤੇ ਇਹਦਾ ਬਈ ਰਿਕਾਰਡ ਕੀ ਹੈ, ਮਾਂ ਦਾ ਜਿਹੜਾ ਰਿਕਾਰਡ ਆਪਾਂ ਪਤਾ? ਇਹਦਾ ਬਈ ਆਪਾਂ CARB ਤੋਂ ਕੱਟਾ ਖਰੀਦਿਆ ਸੀ ਇਹ ਨਾਭੇ ਤੋਂ। ਠੀਕ ਹੈ, ਠੀਕ ਹੈ ਜੀ। ਇਹਦਾ 18 ਕਿਲੋ 3 ਥਣਾਂ ਦਾ ਰਿਕਾਰਡ ਸੀਗਾ ਜੀ, ਇਹਦੀ ਮਾਂ ਦਾ ਪਿਛਲਾ ਥਣ ਮਰਿਆ ਹੋਇਆ ਸੀ। ਠੀਕ ਹੈ। ਇਹਦੀ ਭੈਣ ਨੇ, ਇੱਕ ਭੈਣ ਨੇ ਇਹਦੀ ਨੇ 21 ਕਿਲੋ ਜਿਹੜਾ ਪਹਿਲੇ ਸੂਏ ਦਾ ਰਿਕਾਰਡ ਬਣਿਆ ਸੀ CARB ਨਾਭੇ ਵਿੱਚ, ਮਾਂ ਵੱਲੋਂ ਇਹਦੀ ਸਕੀ ਭੈਣ ਸੀ ਉਹ। ਠੀਕ ਹੈ। ਅਤੇ ਦੂਜੀ ਭੈਣ ਨੇ ਵੀ ਉਹਦੇ ਦੋ ਥਾਨ ਖਰਾਬ ਹੋਣ ਦੇ ਬਾਵਜੂਦ 2500 ਲੀਟਰ ਦਾ ਰਿਕਾਰਡ ਬਣਾਇਆ ਸੀ, ਜਿਹਦੀ ਦੂਜੀ ਭੈਣ ਸੀ, ਜਿਹੜੀ ਦੋ ਭੈਣਾਂ ਇਹਨਾਂ ਆਪਾਂ ਦੇਖੀਆਂ। ਠੀਕ ਹੈ। ਅਤੇ ਇਹਦੇ ਬੱਚੇ ਬੁੱਚੇ ਫਿਰ ਹਜੇ ਦੁੱਧ 'ਤੇ ਤਾਂ ਆਏ ਨਹੀਂ ਹੋਣੇ? ਨਹੀਂ, ਇਹਦੀਆਂ ਕੱਟੀਆਂ ਜਿਹੜੀਆਂ ਉਹਨਾਂ ਦੀ ਹੁਣ ਇਨਸੈਮੀਨੇਸ਼ਨ ਹੋਣ ਲੱਗ ਪਈ ਆ, ਆਪਣੇ ਫਾਰਮ ਤੇ ਵੀ ਕਈ ਕੱਟੀਆਂ ਹੋਣਗੀਆਂ। ਹਾਂ, ਆਪਣੇ ਫਾਰਮ ਤੇ ਵੀ ਇਹਦੇ 3-4 ਬੱਚੇ ਹੈਗੇ ਆ, ਬਾਕੀ 2-3 ਮੱਝਾਂ ਕੱਢਣਾ ਬਸ ਸੂ ਪੈਣਗੀਆਂ ਮਹੀਨੇ ਕੁ ਤੱਕ ਇੱਥੋਂ। ਤੇ ਬਾਈ ਇਹਦੀ ਕੀ ਖੁਰਾਕ, ਤੁਸੀਂ ਕੀ ਸਾਂਭ ਸੰਭਾਲ ਕੀ ਰੱਖਦੇ ਹੋ? ਖੁਰਾਕ ਬਈ ਉਹੀ ਨੋਰਮਲ, ਆਪਣੇ ਤਾਂ ਸਾਈਲੇਜ ਪਾਉਣੇ ਆ ਬਈ ਆਪਾਂ। ਠੀਕ ਹੈ। ਸਾਈਲੇਜ ਦੇ ਨਾਲ ਕੁਛ ਹਰਾ ਪੱਠਾ ਹੋ ਗਿਆ, ਤੂੜੀ ਹੋ ਗਈ, ਹੈ ਨਾ, ਅਤੇ ਫੀਡ ਹੋ ਗਈ, ਹੋਰ ਕੋਈ ਇਹਦੀ ਐਕਸਟਰਾ ਖੁਰਾਕ ਹੈ ਨਹੀਂ। ਠੀਕ ਹੈ ਬਾਈ। ਅਤੇ ਬਾਕੀ ਬਈ ਬਹੁਤ ਜ਼ਿਆਦਾ ਸੋਹਣਾ ਜਿਹੜਾ ਬੁੱਲ ਹੈ ਨਾ, ਅਤੇ ਬਾਕੀ ਫਿਰ ਬਿਰਕ ਵੀਰੇ ਇਹਦਾ ਜਿਹੜਾ ਸੀਮਨ ਵਗੈਰਾ ਵੀ ਤਿਆਰ ਤੁਸੀਂ ਕਰਵਾਇਆ? ਹਾਂਜੀ, ਸੀਮਨ ਤਿਆਰ ਹੈ ਜੀ ਇਹਦਾ ਜੀ। ਠੀਕ ਹੈ। ਅਤੇ ਕਿੱਥੇ ਕਿੱਥੇ ਕਿਹੜੇ ਕਿਹੜੀ ਜਗ੍ਹਾ 'ਤੇ ਇਹਦਾ ਅਵੇਲੇਬਲ ਆਪਾਂ ਸੀਮਨ ਕਿਹੜੇ ਕਿਹੜੇ? ਪੰਜਾਬ ਦੇ ਵਿੱਚ ਤਾਂ ਦੇਖੋ ਆਪਾਂ ਆਲ ਓਵਰ ਪੰਜਾਬ ਹੀ ਤਕਰੀਬਨ ਸਪਲਾਈ ਕਰਦੇ ਹਾਂ ਖੁਦ ਆਪ। ਠੀਕ ਹੈ, ਠੀਕ ਹੈ ਨਾ। ਅਤੇ ਬਾਕੀ ਜੇ ਹਰਿਆਣੇ ਦੇ ਵਿੱਚ ਵੀ ਡਿਮਾਂਡ ਹੋਈ ਜਾਂ ਕਿਤੇ ਹੋਰ ਵੀ ਡਿਮਾਂਡ ਹੋਵੇ, ਆਪਾਂ ਸੀਮਨ ਇਹਦਾ ਅਵੇਲੇਬਲ ਕਰਵਾਵਾਂਗੇ ਜ਼ਰੂਰ। ਅਤੇ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸੋ ਵੀਰੇ। ਮੇਰਾ ਮੋਬਾਈਲ ਨੰਬਰ 98-766-84-06। ਠੀਕ ਹੈ, ਠੀਕ ਹੈ ਵੀਰੇ। ਅਤੇ ਇੱਕ ਇਹਦੀਆਂ ਜਦੋਂ ਵੀ ਕੱਟੀਆਂ ਦੁੱਧ 'ਤੇ ਆਉਣਗੀਆਂ ਉਦੋਂ ਜਿਹੜਾ ਆਪਣੇ ਭਰਾਵਾਂ ਨੂੰ ਤੁਸੀਂ ਜ਼ਰੂਰ ਦਿਖਾਇਓ। ਠੀਕ ਹੈ। ਹਾਂਜੀ ਹਾਂਜੀ, ਦੇਖੋ ਐਂ ਨਾ ਜੀ, ਲਾਈਵ ਦਾ ਜ਼ਮਾਨਾ ਹੁਣ, ਠੀਕ ਹੈ ਨਾ, ਹੁਣ ਲੋਕ ਜਾਗਰੂਕ ਹੋ ਗਏ ਆ, ਠੀਕ ਆ, ਹੁਣ ਉਹ ਕੰਮ ਹੈ ਨਹੀਂ ਕਿ ਬਸ ਇਹਦਾ ਲਵਾ ਲਈਏ, ਆਪਾਂ ਉਹਦਾ ਲਵਾ ਲਈਏ, ਕੱਦ ਕਾਠੀ ਦੇਖ ਕੇ ਲਵਾ ਲਈਏ, ਸਨੱਖ ਪੁਣਾ ਵੇਖ ਕੇ ਲਵਾ ਲਈਏ। ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਆਖੂੰਗਾ ਕਿ ਰਿਕਾਰਡਡ ਝੋਟਿਆਂ ਦੇ ਜਿਨ੍ਹਾਂ ਦਾ ਤੁਸੀਂ ਜਾਂ ਸਰਕਾਰੀ ਰਿਕਾਰਡ ਹੋਇਆ ਜਾਂ ਜਿਹਦੀਆਂ ਮਾਵਾਂ ਭੈਣਾਂ ਦਾ ਤੁਸੀਂ ਦੁੱਧ ਦੇਖਿਆ ਹੋਇਆ, ਉਹਨਾਂ ਝੋਟਿਆਂ ਦੇ ਸੀਮਨ ਵਰਤੋ, ਜਿਵੇਂ ਲਾਈਵ ਕਰਵਾਤਾ ਜਾਂ ਕਿਉਂਕਿ ਬਰੀਡ ਦਾ ਘਾਣ ਪਹਿਲਾਂ ਹੀ ਬਹੁਤ ਹੋ ਚੁੱਕਿਆ। ਠੀਕ ਆ, ਆਪਾਂ ਦਿਨ ਬਾਏ ਦਿਨ ਪਿੱਛੇ ਨੂੰ ਜਾ ਰਹੇ ਹਾਂ ਗਾਂ ਜਾਣ ਦੀ ਬਜਾਏ। ਠੀਕ ਹੈ, ਠੀਕ ਹੈ ਬਾਈ। ਵੀ ਬਾਕੀ ਇਕੱਲੇ ਰੀਬਨ ਦੇਖ ਕੇ ਨਾ ਲਵਾਉਣਾ ਨਾ ਭਰਾ, ਇਸ ਝੋਟੇ ਦਾ ਦੁੱਧ ਦਾ ਜਿਹੜਾ ਰਿਕਾਰਡ ਹੈ ਨਾ, ਵੀ ਉਹ ਵੀ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਦੁੱਧ ਦਾ ਰਿਕਾਰਡ ਰਿਹਾ ਹੈ ਨਾ। ਇਹਦੀਆਂ ਆਪਾਂ ਤਕਰੀਬਨ ਹੁਣ ਕੱਟੀਆਂ ਦੀ ਏ ਹੀ ਹੋਣ ਲੱਗ ਪਈ ਆ, ਜਦੋਂ ਇਹਦੀਆਂ ਕੱਟੀਆਂ ਦੁੱਧ ਤੇ ਆਉਣਗੀਆਂ 101% ਘੱਟ ਦਵੇ ਵੱਧ ਦਵੇ ਆਪਾਂ ਲਾਜ਼ਮੀ ਲਾਈਵ ਕਰਵਾਵਾਂਗੇ ਇਹਦੀ ਹਰੇਕ ਕੱਟੀ। ਬਿਲਕੁਲ ਬਾਈ। ਤੇ ਜਿਹੜੀ ਫੇਰ ਹੀ ਬਾਈ ਜਿਹੜਾ ਬਿਰਕ ਫਾਰਮਰ ਆ ਜਿਹੜਾ ਉਹਦਾ ਫਾਇਦਾ ਹੋ ਸਕਦਾ ਹੈ ਨਾ। ਬਿਲਕੁਲ ਜੀ। ਤੇ ਕਿਉਂਕਿ ਆਪਾਂ ਇੱਕ ਤਰ੍ਹਾਂ ਦਾ ਇਹ ਆਪਣੇ ਕੋਲ ਸੀਮਨ ਦੀ ਜਿਹੜੀ ਫੈਕਟਰੀ ਹੈ, ਤੇ ਜਾਂ ਇੱਕ ਤਰ੍ਹਾਂ ਦਾ ਉਹ ਹੈ ਨਾ ਵੀ ਆਪਾਂ ਚੰਗਾ ਬੀਜ ਹੈ ਜਿਹੜਾ ਲੋਕਾਂ ਨੂੰ ਉਹ ਤਿਆਰ, ਬਾਕੀ ਲੋਕ ਆਪਣੇ ਲੋਕਾਂ ਨੂੰ ਐਂ ਆ ਕਿ ਕੱਦ ਕਾਠੀ ਦੇ ਨਾਲ ਹੀ ਜਾਨਵਰ ਚੰਗਾ। ਠੀਕ ਆ, ਮੁਰਾ ਦੇ ਵਿੱਚ ਆਪਾਂ ਚਲੋ ਮੰਨ ਲੈਂਦੇ ਹਾਂ ਕੱਦ ਕਾਠੀ ਵੀ ਹੋ ਜਾਵੇ, ਸਾਰਾ ਸਰੀਰ ਖੁੱਲ੍ਹਾ, ਇਹਦਾ ਕੀ ਆ, ਸਰੀਰ ਖੁੱਲ੍ਹਾ ਹੋਵੇ, ਠੀਕ ਆ, ਗੋਡੀ ਮਧਰੀ ਹੋਵੇ, ਠੀਕ ਹੈ, ਧੜ ਵੱਡੀ ਹੋਵੇ, ਠੀਕ ਹੈ, ਪਿੱਠ ਪੁੜੇ ਦਾ ਚੌੜਾ ਹੋਵੇ ਸਭ, ਠੀਕ ਹੈ। ਹਾਂਜੀ। ਤਾਂ ਅੱਛਾ, ਮੁਰਾ ਜਿਹੜਾ ਨੀਲੀ ਰਾਵੀ ਦੇ ਵਿੱਚ ਉਹ ਜ਼ਿਆਦਾ ਕੱਦ ਕਾਠ ਹੈ ਜਿਹੜਾ ਉਹ ਮਾਇਨੇ ਨਹੀਂ ਰੱਖਦਾ। ਤਾਂ ਇਹਦੀ ਪਿਓਰਟੀ ਹੈ ਜਿਹੜੀ ਵੀ ਉਹ ਇਹੀ ਚੀਜ਼ ਹੈ ਜਿਵੇਂ ਸੇਮ ਹੈ ਨਾ, ਵੀ ਆਪਾਂ ਇਹ ਨਹੀਂ ਹੈ ਵੀ ਯਾਰ ਆਪਾਂ ਕੱਦ ਕਾਠ ਜ਼ਿਆਦਾ ਭਲਾਂਗੇ, ਤਾਂ ਉਹ ਅੱਡੋ ਅੱਡੀ ਬਰੀਡਾਂ ਜਿਹੜੀਆਂ ਉਹਦੀਆਂ ਉਹਦੀ ਖਾਸੀਅਤ ਹੈ ਅੱਡੋ ਅੱਡੀ, ਹੈ ਨਾ, ਵੀ ਹੁਣ ਮੁਰਾਂ ਦੇ ਵਿੱਚ ਕੱਦ ਕਾਠ ਚਲੋ ਚੱਲ ਜਾਂਦਾ ਹੈ, ਜਿਹੜੀਆਂ ਨੀਲੀ ਰਾਵੀ ਦੀਆਂ ਉਹ ਅੱਡ ਬਰੀਕਾਂ, ਹੁਣ ਆਪਾਂ ਜ਼ਿਆਦਾ ਵਾਈਟਨੈਸ ਦੇਖ ਕੇ ਵੀ ਲਵਾ ਸਕਦੇ, ਅਤੇ ਵਧੀਆ ਬਾਈ ਨੇ ਜਿਵੇਂ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਨਾ, ਵੀ ਯਾਰ ਸਹੀ ਹੈ, ਵਾਈਟਨੈਸ ਵੀ ਹੋਣੀ ਚਾਹੀਦੀ ਹੈ ਪਰ ਜ਼ਿਆਦਾ ਵੀ ਨਹੀਂ, ਠੀਕ ਹੈ, ਕੱਦ ਕਾਠ ਵੀ ਬਾਹਲਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਅਤੇ ਜਿਹੜੀਆਂ ਬਰੀਕੀਆਂ ਉਹ ਬਾਈ ਨੇ ਦੱਸੀਆਂ, ਤਾਂ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ।
ਤੇ ਬਾਕੀ ਬਾਈ ਦੇਖ ਸਕਦੇ ਹੋ ਨਾ ਤੁਸੀਂ ਟੈਸਟੀਕਲ ਤਾਂ ਬਹੁਤ ਜ਼ਿਆਦਾ ਵਧੀਆ ਟੈਸਟੀਕਲ ਹੈ ਨਾ ਤਾਂ ਪੂਛ ਬਹੁਤ ਲੰਮੀ ਹੈ ਜਿਹੜੀ ਤਾਂ ਕੁਛ ਕੁ ਜਿਹੜੀਆਂ ਬਰੀਕੀਆਂ ਉਹ ਆਪਾਂ ਨੂੰ ਜਿਹੜਾ ਪਤਾ ਹੈ ਨਾ ਤਾਂ ਜਿਹੜਾ ਪਿੱਠਪੁੜਾ ਦੇਖ ਸਕਦੇ ਹੋ ਕਿੰਨਾ ਸੋਹਣਾ ਚੌੜਾ ਪਿੱਠਪੁੜਾ ਹੈ ਵਧੀਆ ਤਾਂ ਇਹ ਜਿਹੜੀਆਂ ਬਰੀਡਾਂ ਇਹ ਇਹਨਾਂ ਦੀ ਖਾਸੀਅਤ ਹੈ ਤਾਂ ਨੀਲੀ ਰਾਵੀ ਜਿਹੜੀ ਬਰੀਡ ਹੈ ਉਹ ਵੀ ਮੁਰਾ ਨਾਲੋਂ ਘੱਟ ਨਹੀਂ ਹੈ ਜਿੱਥੇ ਮੁਰਾ ਜ਼ਿਆਦਾ ਦੁੱਧ ਦਿੰਦੀ ਹੈ ਤਾਂ ਉੱਥੇ ਨੀਲੀ ਰਾਵੀ ਜ਼ਿਆਦਾ ਟਾਈਮ ਦੁੱਧ ਦਿੰਦੀ ਹੈ ਲੰਮਾ ਸੂਆ ਜਿਹੜਾ ਇਹਦਾ ਦੁੱਧ ਦੇਣ ਦਾ ਜਿਹੜਾ ਉਹ ਉਹਦਾ ਕਰਕੇ ਫੇਮਸ ਹੈ ਨੀਲੀ ਰਾਵੀ ਹੈ ਨਾ ਨੀਲੀ ਰਾਵੀ ਦੀਆਂ ਮੱਝਾਂ ਜਿਹੜੀਆਂ ਅਤੇ ਬਾਕੀ ਜਿਹੜੀਆਂ ਪਿਓਰ ਮੱਝਾਂ ਆਪਣੇ ਬਹੁਤ ਘੱਟ ਹੈ ਜਿਵੇਂ ਹੁਣ ਆਹ ਬਿਰਕਬਾਈ ਹੋਰਕੇ ਹੋ ਗਏ ਹੈ ਨਾ ਜੋ ਆਪਾਂ ਇੱਕ ਪਹਿਲਾਂ ਇੱਕ ਦੋ ਝੋਟੇ ਜਿਹੜੇ ਦੇਖੇ ਹੈ ਤਾਂ ਇਹ ਜਿਹੜੇ ਝੋਟੇ ਆ ਨਾ ਬਾਈ ਇਹ ਹਜੇ ਤੱਕ ਇਹ ਬਰੀਡ ਹੈ ਜਿਹੜੀ ਉਹ ਸਾਹਮਣੇ ਬੈਠੇ ਹੈ ਤਾਂ ਅੱਗੇ ਉਮੀਦ ਹੈ ਇਹਨਾਂ ਤੋਂ ਇਹੋ ਜਿਹੇ ਫਾਰਮਾਂ ਤੋਂ ਇਹੋ ਜਿਹੇ ਝੋਟਿਆਂ ਤੋਂ ਵੀ ਅੱਗੇ ਨਾ ਅੱਗੇ ਇਹ ਬਰੀਡ ਦੇ ਵਿੱਚ ਵਾਧਾ ਹੋਊਗਾ ਤਾਂ ਆਪਣੇ ਜਿਹੜੇ ਕਿਸਾਨ ਭਰਾ ਹੈਗੇ ਆ ਸਾਰੇ ਹੈ ਨਾ ਫਾਰਮਰ ਤਾਂ ਉਹ ਜਿਹੜੇ ਚੰਗੀ ਨਸਲ ਹੈ ਜਿਹੜੀ ਉਹ ਤਿਆਰ ਕਰ ਸਕਣਗੇ ਤਾਂ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਵੀਡੀਓ ਨਾਲ ਜੁੜਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ।